ਡਾਕਟਰ ਪਰਮਜੀਤ ਸਿੰਘ ਦੀ ਪੁਸਤਕ ਹੈ ਉਦਾਸੀ ਇੱਕ ਸਧਾਰਨ ਸਥਿਤੀ ਤੋਂ ਲੈ ਕੇ ਗੰਭੀਰ ਰੋਗ ਤੱਕ ਵੇਖਣ ਨੂੰ ਤਾਂ ਮਨੁੱਖ ਇੱਕ ਢਮਾਸਤਾ ਪੁਤਲਾ ਹੈ ਪਰ ਦੁਨੀਆ ਦੇ ਕਿਸੇ ਵੀ ਹੋਰ ਪੁਤਲੇ ਨੂੰ ਮਨੁੱਖ ਚ ਤਬਦੀਲ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਪੁਤਲੇ ਨੂੰ تراਸ਼ ਕੇ ਨਾ ਖੂਬਸੂਰਤ ਤਾਂ ਬਣਾਇਆ ਜਾ ਸਕਦਾ ਹੈ ਕਿ ਵੇਖਣ ਵਾਲੇ ਨੂੰ ਅਸਲੀ ਆਦਮੀ ਦਾ ਭੁਲੇਖਾ ਪੈ ਜਾਵੇ पर जे ओ स्विच ਨਹੀਂ ਭਰੀਆਂ ਜਾ ਸਕਦੀਆਂ ਤਾਂ ਉਹ ਹਨ ਤਰੰਗਾ ਇਮੋਸ਼ਨਸ ਇਹ ਤਰੰਗਾ ਹੀ ਮਨੁੱਖ ਦੇ ਰਿਸ਼ਤੇ ਆ ਨਾਤੇ ਆ ਇੱਕ ਦੂਜੇ ਪ੍ਰਤੀ ਪਿਆਰ ਸਤਕਾਰ ਨਫ਼ਰਤ ਦੁਸ਼ਮਣੀ ਜਾਂ ਦੋਸਤੀ ਆਦ ਦਾ ਮੂਲ ਆਧਾਰ ਹਨ ਬਦਲਦੀਆਂ ਸਥਿਤੀਆਂ ਅਵਸਥਾਵਾਂ ਤੇ ਦਸ਼ਾਵਾਂ ਦੇ ਨਾਲ ਨਾਲ ਬਦਲਦੀਆਂ ਮਨ ਦੀਆਂ ਹਾਲਤਾਂ ਵੀ ਇਹਨਾਂ ਤਰੰਗਾ ਦੀ ਹੀ ਦੇਣ ਹਨ ਮਨ ਦੇ ਇਸ ਬਦਲਾਵ ਦਾ سلسلہ ਹਾਲਾਤਾਂ ਦੀ ਮਹੱਤਤਾ ਤੇ ਨਿਰਭਰ ਕਰਦਾ ਹੈ। ਦੁਰਭਾਗੀ ਘਟਨਾਵਾਂ ਵਾਪਰਨ ਤੇ ਉਦਾਸੀ, ਕਿਸੇ ਪਿਆਰੇ ਦੀ ਮੌਤ ਤੇ ਸੋਗ, ਕਿਸੇ ਵੱਡੀ ਪ੍ਰਾਪਤੀ ਦੀ ਖੁਸ਼ੀ ਤੇ ਕਿਸੇ ਨਵੇਂ ਕੰਮ ਨੂੰ ਆਰੰਭਣ ਤੋਂ ਪਹਿਲਾਂ ਕਬਰाहट ਦਾ ਅਨੁਭਵ ਕਿਸ ਨੂੰ ਨਹੀਂ ਹੁੰਦਾ। ਜਿਸ ਨੂੰ ਨਹੀਂ ਹੁੰਦਾ ਉਹਦੇ ਤੇ ਬੁੱਤ ਵਿੱਚ ਅੰਤਰੀ ਕੀ ਰਿਆ। ਅਸੀਂ ਸਾਰੇ ਉਦਾਸੀ, ਮਨ ਦਾ 부ਝਣਾ ਜਾਂ ਦਿਲਗੀਰੀ ਵਾਲੀ ਮਾਨਸਿਕ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਇਹ ਕਿਸੇ ਨੁਕਸਾਨ ਜਾਂ ਮਾਇੂਸੀ ਕਾਰਨ ਆ ਕੇ ਹਿਰਦੀ ਹੈ ਪਰ ਇਹ ਬਦਲਾਵ ਆਰਜ਼ੀ ਹੁੰਦਾ ਹੈ ਤੇ ਸਾਡੇ ਆਪਸੀ ਸਬੰਧਾਂ ਵਿਦਿਆਕ ਤੇ ਕਾਰੋਬਾਰੀ ਜ਼ਿੰਮੇਵਾਰੀਆਂ ਵਿੱਚ ਵਿਗੜ ਨਹੀਂ ਬਣਦਾ ਇਹ ਸਧਾਰਨ ਉਦਾਸੀ ਕਹਾਉਂਦੀ ਹੈ ਮਨੁੱਖ ਦੇ ਜੀਵਨ ਵਿੱਚ ਇਸ ਦਾ ਹੋਣਾ ਲਾਜ਼ਮੀ ਹੈ ਇਸੇ ਸਦਕਾ ਅਸੀਂ ਸਮਾਜ ਨਾਲ ਜੁੜੇ ਹੋਈਆਂ ਇਹੀ ਸਾਨੂੰ ਦੂਸਰੇ ਦੇ ਦੁੱਖਾਂ ਦਾ ਭਾਈਵਾਲ ਬਣਾਉਂਦੀ ਹੈ ਪਰ ਕਈ ਵਿਅਕਤੀਆਂ ਵਿੱਚ ਇਹ ਉਦਾਸੀ ਇਨੀ ਤੀਬਰ ਹੋ ਜਾਂਦੀ ਹੈ ਕਿ ਉਹਦੇ ਰੋਜ਼ਾਨਾ ਜੀਵਨ ਵਿੱਚ ਵਿਗਨ ਪੈਣਾ ਸ਼ੁਰੂ ਹੋ ਜਾਂਦੇ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਰੇ ਨਹੀਂ ਚਾੜ ਸਕਦਾ। ਇਹ ਤਰੰਗਾਂ ਉਹਦੇ ਵੱਸੋਂ ਬਾਹਰ ਹੋ ਜਾਂਦੀਆਂ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੋਨਾ ਆਪਣੇ ਹੀ ਕੰਨਾਂ ਨੂੰ ਖਾਣ ਲੱਗ ਜਾਂਦਾ ਹੈ। ਇਹ ਸਧਾਰਨ ਉਦਾਸੀ ਨਾ ਰਹਿ ਕੇ ਇੱਕ ਵਿਕਾਰ ਬਣ ਜਾਂਦਾ ਹੈ। ਸਧਾਰਨ ਉਦਾਸੀ ਤੇ ਉਦਾਸੀ ਵਿਕਾਰ ਦੇ ਅੰਤਰ ਦੀ ਸੀਮਾ ਇੰਨੀ ਮੱਧਮ ਹੈ ਕਿ ਦੋਹਾਂ ਨੂੰ ਵੱਖਰੇ ਆਉਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਇਹਨਾਂ ਨੂੰ ਵੱਖ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਸ ਵਿਕਾਰ ਨੂੰ ਵੇਲੇ ਸਿਰ ਪਛਾਣ ਕੇ ਇਲਾਜ ਨਾ ਕੀਤਾ ਜਾਏ ਤਾਂ ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਤੇ ਜੀਵਨ 'ਚ ਉਲਝਣਾ ਪੈਦਾ ਕਰਨ ਤੋਂ ਇਲਾਵਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਸੋ ਉਦਾਸੀ ਨੂੰ ਸਧਾਰਨ ਜਾਂ ਪ੍ਰਕਿਰਤਿਕ ਉਨੀਂ ਦੇਰ ਤੱਕ ਹੀ ਕਿਹਾ ਜਾ ਸਕਦਾ ਹੈ ਜਦੋਂ ਤੱਕ ਕਿ ਪਹਿਲਾ ਬਹੁਤ ਮਾਮੂਲੀ ਤੇ ਆਰਜ਼ੀ ਹੋਵੇ ਤੇ ਦੂਸਰਾ ਆਦਮੀ ਦੇ ਕੰਮ ਕਰਨ ਦੀ ਸਮਰੱਥਾ 'ਚ ਕੋਈ ਖਾਸ ਫਰਕ ਨਾ ਪਾਵੇ ਤੀਸਰਾ ਕਿਸੇ ਵੀ ਹਾਲਾਤ ਕਾਰਨ ਪੈਦਾ ਹੋਈ ਉਦਾਸੀ ਦੇ ਘੇਰੇ ਦੀ ਸੀਮਾ ਹਰ ਇੱਕ ਸੱਭਿਆਚਾਰ 'ਚ ਨਿਸ਼ਚਿਤ ਹੁੰਦੀ ਹੈ ਸੋ ਸਧਾਰਨ ਉਦਾਸੀ ਦੀ ਤੀਬਰਤਾ ਉਸ ਘੇਰੇ ਦੇ ਅੰਦਰ ਹੀ ਹੋਵੇ ਜਿਸ ਦੀ ਉਮੀਦ ਕੀਤੀ ਜਾਂਦੀ ਹੈ ਚੌਥਾ ਉਦਾਸੀ ਵਿਕਾਰ ਨਾਲ ਸੰਬੰਧਿਤ ਲੱਛਣ ਨਾ ਹੋਣ ਇਸ ਬਾਰੇ ਵਿਸਥਾਰ 'ਚ ਗੱਲ ਅਗਲੇ ਸਫਿਆਂ 'ਚ ਕੀਤੀ ਗਈ ਹੈ ਉਦਾਸੀ ਇੱਕ ਬਹੁਮੁਖੀ ਵਿਕਾਰ ਹੈ ਉਦਾਸੀ ਵਿਕਾਰ ਨੂੰ ਬਹੁਤ ਸਾਰੀਆਂ ਕਿਸਮਾਂ 'ਚ ਵੰਡਿਆ ਜਾ ਸਕਦਾ ਹੈ ਪਰ ਆਮ ਤੌਰ ਤੇ ਖੇਡ ਲਿਖੀਆਂ ਬਣਗੀਆਂ ਵੇਖਣ 'ਚ ਆਉਂਦੀਆਂ ਹੈ ਪਹਿਲਾ ਚਿੱਤ ਦੇ ਵਿਕਾਰ ਮੂਡ ਡਿਸਆਰਡਰਸ ਆਵਰਤੀ ਉਦਾਸੀ ਵਿਕਾਰ ਜਾਂ ਇੱਕ ਧਰਵੀ ਉਦਾਸੀ ਵਿਕਾਰ ਦੂਸਰਾ ਦੋ ਧਰਵੀ ਵਿਕਾਰ ਬਾਈਪੋਲਰ ਡਿਸਆਰਡਰ ਤੀਸਰਾ ਚਿਰਕਾਲੀਨ ਉਦਾਸੀ ਵਿਕਾਰ ਹਾਲਤਾਂ ਕਾਰਨ ਉਤਪਨ ਉਦਾਸੀ ਵਿਕਾਰ ਅਡਜਸਟਮੈਂਟ ਡਿਸਆਰਡਰ ਅਗਲਾ ਚਿੰਨਾਤਮਕ ਉਦਾਸੀ ਵਿਕਾਰ ਚੌਥਾ ਮਖਟਾਤਾਰੀ ਉਦਾਸੀ ਵਿਕਾਰ ਹਰ ਇੱਕ ਕਿਸਮ ਦਾ ਵਿਸਥਾਰ ਸਹਿਤ ਵੇਰਵਾ ਇਸ ਤਰ੍ਹਾਂ ਪਹਿਲਾ ਚਿੱਤ ਦੇ ਵਿਕਾਰ ਸਾਡੀਆਂ ਉਦਾਸੀ ਤੇ ਖੁਸ਼ੀ ਦੀਆਂ ਪ੍ਰਕਿਰਤਿਕ ਤਰੰਗਾਂ ਬਹੁਤ ਤਿੱਖਣ ਹੋ ਕੇ ਸਭਿਆਚਾਰ ਜਾਂ ਸਮਾਜ ਵੱਲੋਂ ਮਿੱਥੇ ਗਏ ਘੇਰੇ ਦੀ ਸੀਮਾ ਲੰਘ ਜਾਂਦੀਆਂ ਹਨ ਤੇ ਦੋ ਵੱਖ-ਵੱਖ ਵਿਕਾਰਾਂ ਦਾ ਰੂਪ ਧਾਰਨ ਕਰ ਸਕਦੀਆਂ ਹਨ ਜੇਕਰ ਇਹਨਾਂ ਦੋਨਾਂ ਨੂੰ ਵੱਖ-ਵੱਖ ਤਰੁਭ ਮੰਨ ਲਿਆ ਜਾਏ ਤਾਂ ਅਤੀ ਪਰਬਲ ਖੁਸ਼ੀ ਤੇ ਤਰੁਭ ਨੂੰ ਮੇਨੀਆ ਤੇ ਗਮਗੀਨਤਾ ਤਰੁਭ ਨੂੰ ਉਦਾਸੀ ਵਿਕਾਰ ਕਿਹਾ ਜਾ ਸਕਦਾ ਹੈ ਇਹਨਾਂ ਦੋਹਾਂ ਤਰੁਵਾਂ ਦੇ ਵਾਪਰਨ ਦੇ ਢੰਗ ਜਾਂ ਨਮੂਨੇ ਨੂੰ ਦੇਖਦੇ ਹੋਏ ਇਹਨੂੰ ਤਿੰਨ ਮੁੱਖ ਵਣਗੀਆਂ 'ਚ ਵੰਡਿਆ ਗਿਆ ਹੈ ਉਡਾਪਾਗ ਆਵਰਤੀ ਉਦਾਸੀ ਵਿਕਾਰ ਜਾਂ ਇੱਕ ਤਰਵੀ ਉਦਾਸੀ ਵਿਕਾਰ ਇਸ ਵਿੱਚ ਬਾਰ-ਬਾਰ ਸਿਰਫ ਉਦਾਸੀ ਦੇ ਦੌਰੇ ਹੀ ਆਉਂਦੇ ਐ ਦੋ ਦੌਰਿਆਂ ਦੇ ਵਿਚਕਾਰ ਮਰੀਜ਼ ਕੁਝ ਸਮੇਂ ਲਈ ਬਿਲਕੁਲ ਠੀਕ ਹੋ ਜਾਂਦਾ ਹੈ ਇਹ ਵਿਵਹਾਰਲਾ ਠੀਕ ਰਹਿਣ ਵਾਲਾ ਸਮਾਂ ਹਰ ਮਰੀਜ਼ ਦਾ ਅਲੱਗ ਹੁੰਦਾ ਹੈ ਤੇ ਇੱਕ ਮਰੀਜ਼ ਵਿੱਚ ਵੀ ਹਰ ਦੌਰੇ 'ਚ ਵੱਖ-ਵੱਖ ਹੋ ਸਕਦਾ ਹੈ ਕੇਸ ਹਿਸਟਰੀ ਹਰਦੀਪ ਸਿੰਘ ਨੂੰ ਜਦੋਂ ਉਹਦਾ ਲੜਕਾ ਮਨੋਰੋਗਾਂ ਦੇ ਮਾਹਿਰ ਕੋਲ ਲੈ ਕੇ ਆਇਆ ਤਵਾੰਦਰੌਂ ਤੋਂ ਕਤਰਾਰਿਆ ਸੀ ਬੜੇ ਮਿੰਤਾਂ ਤਰਲਿਆਂ ਤੋਂ ਬਾਅਦ ਉਹ ਦਾਖਲ ਹੋਇਆ ਉਹਦੀ ਚਾਲ ਬਹੁਤ ਹੌਲੀ ਸੀ ਤਕਰੀਬਨ 10 ਫੁੱਟ ਦਾ ਫਾਸਲਾ ਤੈਅ ਕਰਨ ਛੇ ਉਹਨੇ ਕਾਫੀ ਸਮਾਂ ਲਗਾਇਆ ਕੁਰਸੀ ਤੇ ਬੈਠਣ ਲਈ ਵੀ ਉਹਨੂੰ ਕਈ ਵਾਰ ਕਹਿਣਾ ਪਿਆ ਉਹਨੇ ਡਾਕਟਰ ਨਾਲ ਵੀ ਅੱਖ ਨਾ ਮਿਲਾਈ ਉਹ ਜ਼ਮੀਨ ਵਾਲੀ ਕੋ ਟੱਕ ਵੇਖੀ ਜਾ ਰਿਹਾ ਸੀ ਥੋੜੀ ਥੋੜੀ ਦੇਰ ਬਾਅਦ ਲੰਬੀ ਆਹ ਪਰਦੇ ਹੋਏ ਮੱਦਮ ਆਵਾਜ਼ ਚ ਬਾਰ-ਬਾਰ ਆਪਣੇ ਆਪ ਨੂੰ ਕਹਿ ਰਿਹਾ ਸੀ ਮੈਂ ਇਸੇ ਜੋਗਾ ਹਾਂ ਮੇਰੇ ਨਾਲ ਇੰਜ ਹੀ ਹੋਣਾ ਚਾਹੀਦਾ ਹੈ ਮੈਂ ਪਾਪੀ ਹਾਂ ਉਹ ਕੁਰਸੀ 'ਚ ਟਿਲਕਿਆ ਬੈਠਾ ਸੀ ਸਰੀਰ ਦੇ ਅੰਗਾਂ ਦੀ ਤਾਕਤ ਨਾ ਮਾਤਰੀ ਸੀ ਡਾਕਟਰ ਦੇ ਹਰ ਸਵਾਲ ਦੇ ਡਾਕਟਰ ਦੇ ਹਰ ਸਵਾਲ ਦੇ ਜਵਾਬ ਦੇਣ ਤੋਂ ਇਨਕਾਰੀ ਸੀ ਬਾਰ-ਬਾਰ ਸਵਾਲ ਪੁੱਛਣ ਤੇ ਉਹਦਾ ਜਵਾਬ ਇੱਕ ਦੋ ਸ਼ਬਦਾਂ 'ਚ ਹੀ ਮੁੱਕ ਜਾਂਦਾ ਸੀ ਜਦੋਂ ਉਹਦੇ ਲੜਕੇ ਕੋਲੋਂ ਵਿਸਥਾਰ ਨਾਲ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਕਿ ਹਸਤਾ ਲਿਆਉਣ ਤੋਂ ਪਹਿਲਾਂ ਉਨੇ ਫਾਹਾ ਲੈ ਕੇ ਮਰਨ ਦੀ ਕੋਸ਼ਿਸ਼ ਕੀਤੀ ਸੀ ਕਿਸਮਤ ਨਾਲ ਰੱਸਾ ਟੁੱਟ ਜਾਣ ਕਰਕੇ ਉਹ ਬਚ ਗਿਆ ਮਰੀਜ਼ ਵਿੱਚ ਆ ਰਹੇ ਪਰਿਵਰਤਨ ਬਾਰੇ ਪੁੱਛੇ ਜਾਣ ਤੇ ਲੜਕੇ ਨੇ ਜਾਣਕਾਰੀ ਦਿੱਤੀ ਕਿ 25 ਦਿਨ ਪਹਿਲਾਂ ਉਹ ਕੁਝ ਸੁਸਤ ਤੇ ਮਾਇੂਸ ਜਿਹਾ ਰਹਿਣ ਲੱਗ ਪਿਆ ਸਵੇਰੇ ਉੱਠਣ ਵਿੱਚ ਵੀ ਢਿੱਲ ਵਿਖਾਉਣ ਲੱਗਾ ਨੌਣ ਤੋਣ ਤੇ ਤਿਆਰ ਹੋਣ ਚ ਵੀ ਕਾਫੀ ਸਮਾਂ ਲੈਣ ਕਾਰਨ ਦਫ਼ਤਰ ਵੀ ਦੇਰ ਨਾਲ ਜਾਣ ਲੱਗ ਪਿਆ ਇੱਕ ਦੋ ਵਾਰੀ ਦਫ਼ਤਰ ਤੋਂ ਜਲਦੀ ਵਾਪਸ ਆ ਗਿਆ ਤੇ ਇਸ ਤਰ੍ਹਾਂ ਇੱਕ ਦੋ ਵਾਰੀ ਛੁੱਟੀ ਲੈ ਕੇ ਘਰੋਂ ਹੀ ਨਹੀਂ ਗਿਆ 15 ਕੁ ਦਿਨ ਪਹਿਲਾਂ ਉਹਨੇ ਕੰਮ ਤੇ ਜਾਣਾ ਬਿਲਕੁਲ ਛੱਡ ਦਿੱਤਾ ਹਰ ਤਰੀਕੇ ਨਾਲ ਪ੍ਰੇਰਣ ਤੇ ਵੀ ਉਹਤੇ ਕੋਈ ਅਸਰ ਨਹੀਂ ਸੀ ਹੁੰਦਾ ਪੁੱਛਣ ਤੇ ਉਹ ਸਿਰਫ ਇਹੀ ਕਹਿੰਦਾ ਕਿ ਉਹਦਾ ਮਨ ਬਹੁਤ ਉਦਾਸ ਹੈ ਤੇ ਸਾਰੀ ਤਾਕਤ ਖਤਮ ਹੋ ਗਈ ਹੈ ਟੀਵੀ ਵੇਖਣ ਵਿੱਚ ਉਹਦੀ ਦਿਲਚਸਪੀ ਖਤਮ ਹੋ ਗਈ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਹੱਸ ਖੇਡ ਰਹੇ ਹੁੰਦੇ ਤਾਂ ਚੁੱਪਚਾਪ ਉੱਠ ਕੇ ਆਪਣੇ ਕਮਰੇ 'ਚ ਚਲਾ ਜਾਂਦਾ ਤੇ ਬਾਰ ਬਾਰ ਕਹਿਣ ਤੇ ਵੀ ਬਾਹਰ ਨਾ ਆਉਂਦਾ ਉਹ ਨੂੰ ਇਹ ਸ਼ੱਕ ਹੋ ਗਿਆ ਕਿ ਉਹਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹੋ ਗਏ ਹਨ। ਉਹ ਹਰ ਸਮੇਂ ਆਪਣੀ ਪਤਨੀ ਤੇ ਨਿਗਰਾਨੀ ਕਰਨ ਲੱਗ ਪਿਆ ਤੇ ਉਹਦੇ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ। ਕੋਈ 4-5 ਦਿਨ ਪਹਿਲਾਂ ਉਹਨੇ ਬਿਸਤਰਾ ਫੜ ਲਿਆ। ਉਹ ਘੰਟਿਆਂ ਬਧੀ ਬਿਨਾ ਹਿਲੇ ਜੁਲੇ, ਬਿਨਾ ਬੋਲੇ, ਬਿਨਾ ਖਾਦੇ ਪੀਤੇ ਲੇਟਿਆ ਰਹਿੰਦਾ ਸੀ। ਉਹਦਾ ਭਾਰ ਵੀ ਘਟ ਗਿਆ। ਉਹਨੇ ਰਾਤੀ ਸੌਣਾ ਬੰਦ ਕਰ ਦਿੱਤਾ। ਕਈ ਵਾਰੀ ਇੰਜ ਲੱਗਦਾ ਜਿਵੇਂ ਉਹ ਕਿਸੇ ਬੰਦੇ ਕੋਲੋਂ ਮਾਫੀयां ਮੰਗ ਰਿਆ ਹੋਵੇ। ਉਹਨੂੰ ਲੱਗਦਾ ਸੀ ਕਿ ਉਹਨੇ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਕੀਤਾ ਹੋਵੇ ਤੇ ਜਿੱਦੀ ਸਜ਼ਾ ਸਿਰਫ ਮੌਤ ਹੀ ਹੋਵੇ। ਉਹਦੇ ਲੜਕੇ ਨੇ ਵੀ ਦੱਸਿਆ ਕਿ ਪਹਿਲੀ ਵਾਰੀ ਕੋਈ 4 ਕੋ ਸਾਲ ਪਹਿਲਾਂ ਤੇ ਦੂਜੀ ਵਾਰੀ ਕੋਈ ਡੇਢ ਕੋ ਸਾਲ ਪਹਿਲਾਂ ਵੀ ਉਹ ਕਾਫੀ ਉਦਾਸ ਹੋ ਗਿਆ ਸੀ। ਪਹਿਲੀ ਵਾਰੀ ਉਹ ਕੋਈ 10 ਕੋ ਦਿਨ ਤੇ ਦੂਜੀ ਵਾਰੀ ਮਹੀਨਾ ਕੋ ਠੀਕ ਨਾ ਰਹਿ ਕੇ ਬਗੈਰ ਕਿਸੇ ਇਲਾਜ ਤੋਂ ਆਪਣੇ ਆਪ ਠੀਕ ਹੋ ਗਿਆ ਸੀ। ਪਾਵੇਂ ਲੜਕੇ ਨੂੰ ਪੂਰੇ ਵੇਰਵੇ ਦਾ ਪਤਾ ਨਹੀਂ ਸੀ ਪਰ ਉਹਨੇ ਇਹ ਜਾਣਕਾਰੀ ਦਿੱਤੀ ਕਿ ਉਹਦਾ ਇੱਕ ਤਾਇਆ ਤੇ ਚਾਚੇ ਦਾ ਇੱਕ ਲੜਕਾ ਵੀ ਕੁਝ ਦਿਨ ਇਸ ਤਰ੍ਹਾਂ ਚੁੱਪਚਾਪ ਰਹਿਣ ਤੋਂ ਬਾਅਦ ਠੀਕ ਹੋ ਗਏ ਸਨ ਤੇ ਹੁਣ ਠੀਕ ਹਨ ਸੋ ਉੱਪਰ ਦਿੱਤੀ ਕੇਸ ਹਿਸਟਰੀ ਵਿੱਚ ਅਸੀਂ ਵੇਖਿਆ ਕਿ ਹਰਦੀਪ ਸਿੰਘ ਨੂੰ ਤਿੰਨੇ ਵਾਰੀ ਸਿਰਫ ਉਦਾਸੀ ਵਿਕਾਰ ਦੇ ਦੌਰੇ ਹੀ ਆਏ ਹਨ ਇਸ ਲਈ ਉਹ ਆਵਰਤੀ ਉਦਾਸੀ ਰੋਗ ਦਾ ਮਰੀਜ਼ ਹੈ ਐਨਾ ਭਾਗ ਹੈ ਦੋ ਧਰੂਵੀ ਵਿਕਾਰ ਦੋ ਤ੍ਰਵੀ ਉਦਾਸੀ ਵਿਕਾਰ ਇਸ ਵਿਕਾਰ ਵਿੱਚ ਮਰੀਜ਼ ਮੇਨੀਆ ਤੇ ਉਦਾਸੀ ਦੋਨਾਂ ਤਰ੍ਹਾਂ ਦੇ ਦੌਰਿਆਂ ਦਾ ਸ਼ਿਕਾਰ ਹੁੰਦਾ ਹੈ ਇਸ ਵਿਕਾਰ ਵਿੱਚ ਵੀ ਦੋ ਦੌਰਿਆਂ ਦੇ ਵਿਕਾਰ ਮਰੀਜ਼ ਠੀਕ ਰਹਿ ਸਕਦਾ ਪਰ ਇੱਕ ਹਾਲਤ ਦੇ ਖਤਮ ਹੋਣ ਤੋਂ ਬਾਅਦ ਨਾਲ ਹੀ ਦੂਸਰੀ ਹਾਲਤ ਵੀ ਸ਼ੁਰੂ ਹੋ ਸਕਦੀ ਹੈ ਕੇਸ ਹਿਸਟਰੀ ਡਾਕਟਰ ਕਮਲਕਿਸ਼ੋਰ ਨੂੰ ਕਮਰੇ ਦੇ ਬਾਹਰ ਕਿਸੇ ਲੜਕੀ ਦੀ ਬਹੁਤ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ ਇਸ ਤੋਂ ਪਹਿਲਾਂ ਕਿ ਉਹ ਕੁਝ ਪਤਾ ਲਾਉਂਦਾ ਕਿਸੇ ਨੇ ਜ਼ੋਰ ਦਾ ੱੱਕਾ ਮਾਰ ਕੇ ਉਹਦਾ ਦਰਵਾਜ਼ਾ ਖੋਲ ਦਿੱਤਾ ਤੇ ਨਾਲ ਹੀ ਉਹ ਲੜਕੀ ਰੌਲਾ ਪਾਉਂਦੀ ਅੰਦਰ ਦਾਖਲ ਹੋਈ। ਉਹਦੇ ਵਾਰਸਾਂ ਨੇ ਉਹਨੂੰ ਫੜਿਆ ਹੋਇਆ ਸੀ ਤੇ ਉਹ ਪੂਰੇ ਜ਼ੋਰ ਨਾਲ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਦੇ ਪਿਤਾ ਨੇ ਸਮਝਾਉਂਦੇ ਹੋਏ ਕਿ ਆਹ ਬੇਟੀ ਪ੍ਰਵੀਨ ਬੈਠ ਜਾ। ਇਹ ਡਾਕਟਰ ਕਮਲ ਪਰੋ ਵਿੱਚ ਚੇਨ ਟੋਕਦੀ ਹੋਈ ਬਲੀ ਡਾਕਟਰ ਕਮਲ ਗੁਲਾਬ ਗੈਂਦਾ ਜਾਂ ਗੈਂਡਾ ਕੋਲ ਕਿਉਂ ਲੈ ਕੇ ਆਇਆ? ਮੈਨੂੰ ਕੀ ਬਿਮਾਰੀ ਹੈ? ਡਾਕਟਰ ਗੈਂਡਾ ਇਹਦਾ ਇਲਾਜ ਕਰ ਇਹਦਾ ਦਿਮਾਗ ਠੀਕ ਨਹੀਂ ਹੈ ਇਹਦੇ ਦੌਰਾਨ ਹੀ ਉਹਨੇ ਝਟਕਾ ਮਾਰ ਕੇ ਆਪਣੇ ਆਪ ਨੂੰ ਛੁਡਾ ਲਿਆ ਤੇ ਕਹਿੰਦੀ ਹੋਈ ਉਹਨੇ ਸੈਂਕੜੇ ਅਧੂਰੇ ਕੰਮ ਕਰਨੇ ਹਨ ਤੇ ਉਹਦਾ ਵਕਤ ਖਰਾਬ ਹੋ ਰਿਹਾ ਹੈ ਕਮਰੇ 'ਚ ਚੱਕਰ ਲਾਉਣ ਲੱਗੀ ਡਾਕਟਰ ਨੂੰ ਸੰਬੋਧਨ ਕਰਦੀ ਹੋਈ ਉੱਚੀ ਆਵਾਜ਼ 'ਚ ਬੋਲੀ ਤੈਨੂੰ ਨਹੀਂ ਪਤਾ ਮਿਸ ਵਰਲਡ ਦੇ ਮੁਕਾਬਲੇ ਵਿੱਚ ਕਿੰਨੀ ਹੈਰਾਫੇਰੀ ਹੁੰਦੀ ਹੈ ਮੈਂ ਅਮਿਤਾਬ ਦੇ ਵਿਰੁੱਧ ਕੇਸ ਕਰਾਂਗੀ ਮੈਂ ਦੁਨੀਆ ਦੀ ਕਿਸੇ ਸੁੰਦਰੀ ਨਾਲੋਂ ਕੋਈ ਘਟ ਮੇਰਾ ਹੱਕ ਖੋਇਆ ਗਿਆ ਹੈ ਮੇਰਾ ਪਿਓ ਵੀ ਇਸ ਗੱਲ ਨੂੰ ਨਹੀਂ ਸਮਝਦਾ ਪ੍ਰਵੀਨ ਦੀ ਇਸ ਹਾਲਤ ਨੂੰ ਵੇਖਦੇ ਹੋਏ ਉਹਨੂੰ ਮਨੋਰੋਗ ਵਾਰਡ ਵਿੱਚ ਦਾਖਲ ਕਰ ਲਿਆ ਗਿਆ ਉਹਦੇ ਪਿਤਾ ਤੋਂ ਬਿਮਾਰੀ ਦੇ ਬਾਰੇ ਜਾਣਕਾਰੀ ਮੰਗਣ ਤੋਂ ਤੇ ਉਹਨੇ ਸਾਰੀ ਵਾਰਤਾ ਇਸ ਤਰ੍ਹਾਂ ਸੁਣਾਈ ਪ੍ਰਵੀਨ ਦੀ ਉਮਰ ਲਗਭਗ 21 ਸਾਲ ਦੀ ਸੀ ਉਦੋਂ ਕਾਲਜ ਦੀ ਹੋਣ ਹਾਰ ਵਿਦਿਆਰਥਣ ਸੀ ਉਹਦੀਆਂ ਕਾਫੀ ਸਹੇਲੀਆਂ ਸਨ ਜਿਨ੍ਹਾਂ ਨਾਲ ਉਹ ਬਹੁਤ ਖੁਸ਼ ਰਹਿੰਦੀ ਸੀ ਕੋਈ ਤਿੰਨ ਕੁ ਮਹੀਨੇ ਪਹਿਲਾਂ ਉਹ ਕੁਝ ਚੁੱਪਚਾਪ ਰਹਿਣ ਲੱਗੀ ਸੇਲੀਆਂ ਚ ਉੱਠਣ ਬੈਠਣ ਚ ਉਹਦੀ ਰੁਚੀ ਘਟ ਗਈ। ਛੋਟੀਆਂ ਛੋਟੀਆਂ ਗੱਲਾਂ ਤੇ ਉਹਦੀਆਂ ਅੱਖਾਂ ਚ ਥਰੂ ਆਉਣ ਲੱਗੀਆਂ। ਟੀਵੀ ਤੇ ਥੋੜਾ ਜਿਹਾ ਭਾਵਕ ਦ੍ਰਿਸ਼ ਜੀ ਦੀ ਉਹ ਪਰਵਾਹ ਨਹੀਂ ਸੀ ਕਰਦੀ, ਉਹਨੂੰ ਰੁਵਾਉਣ ਲੱਗਾ। ਘਰਾਂ ਬਾਹਰ ਕੋਈ ਐਸੀ ਘਟਨਾ ਵੀ ਨਹੀਂ ਸੀ ਹੋਈ ਜਿਹਨੂੰ ਇਸ ਹਾਲਤ ਦਾ ਜ਼ਿੰਮੇਵਾਰ ਠਹਿਰਾਇਆ ਜਾ ਸਕੇ। ਉਹਨੂੰ ਆਪ ਨਹੀਂ ਸੀ ਸਮਝ ਆ ਰਹੀ ਕਿ ਉਹਨੂੰ ਕੀ ਹੋ ਗਿਆ ਹੈ। ਇਸੇ ਕਾਰਨ ਜਦੋਂ ਉਸ ਕੋਲੋਂ ਕਾਰਨ ਪੁੱਛਿਆ ਜਾਂਦਾ ਤਾਂ ਉਹ ਛਿੜ ਜਾਂਦੀ। ਜਦੋਂ ਉਹਨੂੰ ਕੋਈ ਮਨ ਮਜ਼ਬੂਤ ਕਰਨ ਲਈ ਕਹਿੰਦਾ ਤਾਂ ਫੁੱਟ ਪੈਂਦੀ ਉਹਦੀ ਭੁੱਖ ਸੁੱਕ ਗਈ ਭਾਰਤ ਤਕਰੀਬਨ 4 ਕਿਲੋ ਘਟ ਗਿਆ ਨੀਂਦ ਉਚਾਟ ਹੋ ਗਈ ਸਵੇਰੇ ਤੜਕੇ ਹੀ ਉਹਦੀ ਜਾਗ ਖੁੱਲ ਜਾਂਦੀ ਪਰ ਉੱਠਣ ਨੂੰ ਰੂਹ ਨਹੀਂ ਸੀ ਕਰਦੀ ਤਰੋ ਤਾਜ਼ਾ ਹੋਣ ਦੀ ਬਜਾਈ ਉਹਨੂੰ ਇੰਜ ਲੱਗਦਾ ਜਿਵੇਂ ਉਹ ਸਦੀਆਂ ਦੀ ਥੱਕੀ ਹੋਵੇ ਚੁਸਤੀ ਫੁਰਤੀ ਦਾ ਨਾਂ ਨਿਸ਼ਾਨ ਨਹੀਂ ਸੀ ਹਰ ਅਗਲਾ ਦਿਨ ਉਹਨੂੰ ਭਾਰ ਤੇ ਭੁਵਿੱਖ ਧੁੰਦਲਾ ਦਿਸਦਾ ਸੀ ਦੋ ਕੁ ਮਹੀਨੇ ਬਾਅਦ ਉਹਦੀਆਂ ਇਹ ਤਕਲੀਫਾਂ ਆਪਣੇ ਆਪ ਗਾਇਬ ਹੋ ਗਈਆਂ ਉਹਨੂੰ ਆਪਣੇ ਆਪ ਦੀ ਕੋਗੈਬੀ ਤਾਕਤ ਮਹਿਸੂਸ ਹੋਣ ਲੱਗੀ। ਉਹਦੇ ਖਿਆਲ ਬੇਲਗਾਮ ਘੋੜੇ ਵਾਂਗ ਦੌੜਨ ਲੱਗ ਪਏ। ਮਨ ਖੜ ਗਿਆ। ਹਰ ਸਮੇਂ ਤਰੋਤਾਜ਼ਾ ਰਹਿਣ ਲੱਗੀ। ਹੁਣ ਉਹਨੂੰ ਸੌਣ ਦੀ ਲੋੜ ਹੀ ਮਹਿਸੂਸ ਨਹੀਂ ਸੀ ਹੁੰਦੀ। ਇੱਕ ਦੋ ਘੰਟੇ ਸੌਂ ਕੇ ਉਹ ਤਾਜ਼ਾ ਤਰ ਹੋ ਜਾਂਦੀ। ਉਹ ਗਲਾਦੜ ਹੋ ਗਈ ਸੀ ਤੇ ਆਪਣੀ ਗੱਲ ਮਨਾਉਣ ਲਈ ਉਹ ਹਰ ਇੱਕ ਨਾਲ ਖੇਬੜਨ ਲੱਗ ਪਈ। ਉਹਦੇ ਸਾਰੇ ਚੱਕੇ ਖੁੱਲ ਗਏ। ਹੁਣ ਉਹ ਬੰਨ ਠਣ ਕੇ ਰਹਿੰਦੀ ਵਧੀਆ ਤੋਂ ਵਧੀਆ ਬਾਹਰ ਦੇ ਸੈਂਟਿਸਤ ਇਸਤੇਮਾਲ ਕਰਦੀ। ਲੜਕਿਆਂ ਨਾਲ ਦੋਸਤੀ ਕਰਨੀ ਉਹਨੂੰ ਚੰਗੀ ਲੱਗਦੀ। ਗੱਲਾਂ ਕਰਦੀ ਕਹਿ ਕਹੇ ਲਗਾਉਂਦੀ ਹੱਸਦੀ ਜਿਸ ਕਾਰਨ ਸਾਰੇ ਉਹ ਤੋਂ ਘਬਰਾਉਣ ਲੱਗ ਪਏ ਬਿਨਾਂ ਚੇ ਜਿ ਘਰ ਨੂੰ ਮੁਖੌਲ ਕਰ ਦਿੰਦੀ ਹੁਣ ਉਹਨੂੰ ਅਧਿਆਪਕਾਂ ਦੀ ਇੱਜ਼ਤ ਦਾ ਵੀ ਕੋਈ ਖਿਆਲ ਨਹੀਂ ਸੀ ਲੈਕਚਰ ਦੇ ਦੌਰਾਨ ਉਹ ਜੀਭਾਂ ਚੰਗਾਣ ਲੱਗ ਪੈਂਦੀ ਮਾਪਿਆਂ ਦੀ ਪਰਵਾਹ ਖਤਮ ਹੋ ਗਈ ਉਹਨੇ ਰੱਟ ਲਾ ਲਈ ਕਿ ਉਹ ਵੀ ਮਿਸ ਵਰਲਡ ਦੇ ਮੁਕਾਬਲੇ 'ਚ ਹਿੱਸਾ ਲਏਗੀ ਇੱਕ ਦਿਨ ਉਹ ਘਰੋਂ ਨਿਕਲ ਗਈ ਪਰ ਵੇਲੇ ਸਿਰ ਪਤਾ ਲੱਗ ਜਾਣ ਤੇ ਮਾਤਾ ਪਿਤਾ ਨੇ ਉਹਨੂੰ ਸਟੇਸ਼ਨ ਤੋਂ ਫੜ ਕੇ ਵਾਪਸ ਲਿਆਂਦਾ ਇਸ ਕੇਸ ਹਿਸਟਰੀ ਵਿੱਚ ਪ੍ਰਵੀਨ ਨੂੰ ਪਹਿਲਾਂ ਉਦਾਸੀ ਤੇ ਫਿਰ ਮਨੀਆ ਦਾ ਦੌਰ ਆਇਆ ਇਸ ਲਈ ਇਹ ਰੋਗ ਦੋ ਤਰੂਵੀ ਵਿਚਕਾਰ ਵਿਕਾਰ ਕਹਾਏਗਾ ਉੱਪਰ ਲੀਆਂ ਦੋਹਾਂ ਕੇਸ ਹਿਸਟਰੀਆਂ ਤੇ ਧਿਆਨ ਨਾਲ ਵਿਚਾਰਦੇ ਹੋਏ ਅਸੀਂ ਉਦਾਸੀ ਵਿਕਾਰ ਦੇ ਲੱਛਣਾਂ ਨੂੰ ਆਮ ਰੂਪ 'ਚ ਇਸ ਤਰ੍ਹਾਂ ਪ੍ਰਗਟਾ ਸਕਦੇ ਹਾਂ ਇਹ ਲੱਛਣ ਹਲਕੇ ਮੱਦਮ ਜਾਂ ਘੂਰ ਦਰਜੇ ਦੇ ਹੋ ਸਕਦੇ ਹਨ ਉਦਾਸੀ ਵਿਕਾਰ ਦੇ ਲੱਛਣ ਪਹਿਲਾ ਜ਼ਰੂਰੀ ਲੱਛਣ ਚਿੱਤ ਉਦਾਸ ਰਹਿਣ ਲੱਗ ਜਾਂਦਾ ਹੈ ਜਾਂ ਦੂਸਰਾ ਰੋਜ਼ਮਰਰਾ ਦੇ ਰੁਝੇਵਿਆਂ ਵਿੱਚ ਜਾਂ ਤਾਂ ਰੁਚੀ ਘਟ ਜਾਂਦੀ ਹੈ ਜਾਂ ਉਹਨੂੰ ਕਰਨ ਨਾਲ ਪ੍ਰਸੰਤਾ ਪ੍ਰਾਪਤ ਨਹੀਂ ਹੁੰਦੀ ਆਮ ਲੱਛਣ ਪਹਿਲਾ ਨਾ ਤਾਕਤੀ ਜਿਸ ਕਾਰਨ ਥਕਾਵਟ ਰਹਿੰਦੀ ਹੈ ਤੇ ਚੁਸਤੀ ਫੁਰਤੀ ਘਟ ਜਾਂਦੀ ਹੈ ਦੂਸਰਾ ਸਵੈ ਮਾਨ ਤੇ ਸਵੈ ਵਿਸ਼ਵਾਸ ਘਟ ਜਾਂਦਾ ਹੈ ਤੀਸਰਾ ਦੋਸ਼ੀ ਪਾਪੀ ਤੇ ਨਾਕਾਬਲ ਹੋਣ ਦੇ ਖਿਆਲ ਆ ਕੇਰਦੇ ਹੈ ਚੌਥਾ ਭਵਿੱਖ ਧੁੰਦਲਾ ਤੇ ਨਿਰਾਸ਼ਾਜਨਕ ਲੱਗਦਾ ਹੈ ਪੰਜਵਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੇ ਆਤਮ ਹੱਤਿਆ ਦੇ ਖਿਆਲ ਆਉਂਦੇ ਹਨ ਕਈ ਕੋਸ਼ਿਸ਼ ਵੀ ਕਰ ਬੈਠਦੇ ਹਨ ਤੇ ਕੁਝ ਆਤਮ ਹੱਤਿਆ ਕਰ ਕਰਨ ਵਿੱਚ ਕਾਮਯਾਬ ਵੀ ਹੋ ਜਾਂਦੇ ਹੈ ਛੇਵਾਂ ਨੀਂਦ ਕੱਟ ਹੋ ਜਾਂਦੀ ਹੈ ਜਾਂ ਵੱਧ ਵੀ ਸਕਦੀ ਹੈ ਸਤਵਾਂ ਭੁੱਖ ਘਟ ਜਾਂ ਵਧ ਸਕਦੀ ਹੈ 8 ਕਾਮ ਦੀ ਰੁਚੀ ਦਾ ਘਟਣਾ ਜਾਂ ਵਧਣਾ ਉਦਾਸ ਵਿਅਕਤੀ ਦੀ ਤਸਵੀਰ ਮਰੀਜ਼ ਨੂੰ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਦੇ ਆਸ-ਪਾਸੇ ਵਿੱਚ ਉਹ ਦਿਲਚਸਪੀ ਘਟ ਗਈ ਹੈ ਸਫਾਈ ਤੇ ਕੱਪੜਿਆਂ ਦੀ ਦੇਖਭਾਲ ਦਾ ਖਿਆਲ ਹੀ ਨਹੀਂ ਹੁੰਦਾ ਅਣਵਾਹੀ ਉਲਝੇ ਵਾਲ ਵਟੋ-ਵਟ ਕੱਪੜੇ ਵਧੇ ਹੋਏ ਨਹ ਇਸੇ ਵੱਲ ਇਸ਼ਾਰਾ ਕਰਦੇ ਹੈ ਅੱਖਾਂ ਦੀ ਚਮਕ ਮੁੱਕ ਜਾਂਦੀ ਹੈ ਮਰੀਜ਼ ਪਤਲੀਆਂ ਥੱਲੇ ਸੁੱਟ ਲੈਂਦਾ ਹੈ 부ਝਿਆ ਚਿਹਰਾ ਟਿਲਕੇਆ ਮੂੰਹ ਪਰਵਟਿਆਂ ਵਿੱਚਕਾਰ ਤਿਉੜੀਆਂ ਟਿਲਕੇ ਮੋਢੇ ਕੋਬ ਛੁਪੇ ਨਹੀਂ ਰਹਿੰਦੇ ਮਰੀਜ਼ ਧੀਮੀ ਆਵਾਜ਼ ਟ ਬੋਲਦਾ ਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕਤਰ ਆਉਂਦਾ ਬਿਨਾ ਕਿਸੇ ਕਾਰਨ ਜਨਿੱਕੀ ਨਿੱਕੇ ਗੱਲ ਤੇ ਅਥਰੂ ਵਹਿ ਨਿਕਲਦੇ ਹਨ ਜਾਂ ਗੱਟ ਪਰ ਜਾਂਦੇ ਮਰੀਜ਼ ਬਿਨਾਂ ਕਿਸੇ ਹਿਲਜੁਲ ਕਿਸੇ ਕਮਰੇ ਦੀ ਨੁਕਰੇ ਜਾਂ ਅਲੱਗ ਥਲਗ ਬਹਿਣਾ ਪਸੰਦ ਕਰਦਾ ਹੈ ਉਦਾਸੀ ਦੇ ਲੱਛਣਾਂ ਦਾ ਵੇਰਵਾ ਉਦਾਸ ਚਿੱਤ ਇਹ ਪ੍ਰਮੁੱਖ ਤੇ ਕੇਂਦਰੀ ਲੱਛਣ ਹੈ ਮਰੀਜ਼ ਆਪਣੇ ਆਪ ਨੂੰ ਉਦਾਸ ਨਾ ਉਮੀਦ ਉਤਸ਼ਾਹੀਣ ਜਾਂ ਨਿਰਾਸ਼ ਮਹਿਸੂਸ ਕਰਦਾ ਹੈ ਉਹਦੇ ਖਿਆਲ ਟੈਂਦੀਆਂ ਕਲਾਂ ਵੱਲ ਮੁੜ ਜਾਂਦੇ ਹਨ ਕਈ ਮਰੀਜ਼ ਭਾਵੇਂ ਉਦਾਸੀ ਹੋਣ ਤੋਂ ਇਨਕਾਰ ਕਰਦੇ ਹਨ ਪਰ ਜੇ ਕਰੋਨਾ ਨਾਲ ਕੁਝ ਹਮਦਰਦੀ ਭਰੀਆਂ ਗੱਲਾਂ ਕੀਤੀਆਂ ਜਾਣ ਤਾਂ ਸਿਸਕੀਆਂ ਲੈਣ ਲੱਗਦੇ ਆ ਤੇ ਕੁਝ ਤਾਂ ភੁੱਬਾ ਮਾਰ ਕੇ ਰੋਣ ਲੱਗ ਪੈਂਦੇ ਆ ਕਈਆਂ ਤਾਂ ਮਨ ਨੂੰ ਦਾਸ ਹੋਣ ਦੀ ਥਾਂ ਤੇ ਪੱਥਰ ਹੋ ਜਾਂਦਾ ਹੈ ਉਹਨਾਂ ਨੂੰ ਨਾ ਖੁਸ਼ੀ ਤੇ ਨਾ ਹੀ ਗਮੀ ਦਾ ਅਹਿਸਾਸ ਹੁੰਦਾ ਹੈ ਕਈ ਚੜਚੜੇ ਹੋ ਜਾਂਦੇ ਆ ਭਾਵ ਹਰ ਵੇਲੇ ਗੁੱਸੇ ਨਾਲ ਭਰੇ ਰਹਿੰਦੇ ਆ ਤੇ ਨਿੱਕੀ ਨਿੱਕੀ ਗੱਲ ਤੇ ਭੜਕ ਉੱਠਦੇ ਆ ਹਰ ਵੇਲੇ ਦੋਸ਼ ਦੂਜਿਆਂ ਦੇ ਮੱਥੇ ਮੜਦੇ ਰਹਿੰਦੇ ਆ ਬੱਚਿਆਂ ਤੇ ਨੌਜਵਾਨਾਂ ਵਿੱਚ ਉਦਾਸੀ ਦੀ ਥਾਂ ਤੇ ਚਿਰਚੜਾਪਨ ਤੇ ਮਨ ਦੀ ਅਸਥਿਰਤਾ ਵੱਧ ਦੇਖੀ ਜਾਂਦੀ ਹੈ। ਦੂਸਰਾ ਰੁਚੀ ਦਾ ਘਟਣਾ। ਰੋਜ਼ਮਰ ਰੋਜ਼ ਦੀਆਂ ਰੁਝੇਵਿਆਂ ਵਿੱਚ ਦਿਲਚਸਪੀ ਕਿਸੇ ਨਾ ਕਿਸੇ ਹੱਦ ਤੱਕ ਜ਼ਰੂਰ ਘਟ ਜਾਂਦੀ ਹੈ। ਮਰੀਜ਼ ਕੰਮ ਤੋਂ ਛੇਤੀ ਉਕਤਾਨ ਲੱਗਦਾ ਹੈ। ਜਿਹੜੇ ਰੁਝੇਵਿਆਂ ਨਾਲ ਉਹਨੂੰ ਪ੍ਰਸੰਤਾ ਹੁੰਦੀ ਸੀ। ਹੁਣ ਉਹਨਾਂ ਵਿੱਚ ਉਹਨੂੰ ਮਜ਼ਾ ਨਹੀਂ ਆਉਂਦਾ। ਉਹਦੇ ਸ਼ੁਗਲ ਤੇ ਸ਼ੌਕ ਘਟ ਜਾਂਦੇ ਹਨ। ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਕਰ ਲੈਂਦਾ ਹੈ ਰੁਚੀ ਘਟਣ ਕਰਕੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਜੋ ਕਿ ਹੌਲੀ-ਹੌਲੀ ਕੰਮ ਇਸ ਹੱਦ ਤੱਕ ਇਕੱਠਾ ਹੋ ਜਾਂਦਾ ਹੈ ਕਿ ਉਸ ਲਈ ਕਰਨਾ ਅਸੰਭਵ ਹੋ ਜਾਂਦਾ ਹੈ ਕੰਮ ਦੀ ਇੱਛਾ ਤੇ ਰੁਚੀ ਵੀ ਮਦਦ ਪਹਿ ਜਾਂਦੀ ਹੈ ਕਈ ਵਾਰੀ ਇਹ ਤਬਦੀਲੀ ਬਿਮਾਰੀ ਦੇ ਮੁੱਢ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਤੇ ਬਿਮਾਰੀ ਠੀਕ ਹੋਣ ਤੱਕ ਕੰਮ ਉਤੇਜਨਾ ਘਟੀ ਹੀ ਰਹਿੰਦੀ ਹੈ ਪੁਰਸ਼ਾਂ ਵਿੱਚ ਨਾਮਰਦਗੀ ਤੇ ਔਰਤਾਂ ਵਿੱਚ ਕੰਮ ਪ੍ਰਤੀ ਕੋਰੇਪਣ ਦੀ ਹੱਦ ਤੱਕ ਪਹੁੰਚ ਸਕਦੀ ਹੈ ਤੀਸਰਾ ਭੁੱਖ ਤੇ ਭਾਰ ਵਿੱਚ ਤਬਦੀਲੀ ਆਉਣੀ ਭੁੱਖ ਘਟ ਜਾਂਦੀ ਹੈ ਜਾਂ ਵਧ ਵੀ ਸਕਦੀ ਹੈ ਆਮ ਤੌਰ ਤੇ ਭੁੱਖ ਘਟਦੀ ਹੈ ਭੁੱਖ ਘਟਣ ਦੀ ਸੂਰਤ ਵਿੱਚ ਭਾਰ ਇੱਕ ਮਹੀਨੇ ਚ ਪਹਿਲੇ ਭਾਰ ਦਾ 5% ਘਟ ਜਾਂਦਾ ਹੈ ਤੇ ਭੁੱਖ ਵਧਣ ਦੀ ਹਾਲਤ ਵਿੱਚ ਇੰਨਾ ਹੀ ਵਧ ਜਾਂਦਾ ਹੈ ਕਈ ਵਾਰੀ ਭੁੱਖ ਵਿੱਚ ਤਬਦੀਲੀ ਆਉਣ ਤੋਂ ਬਗੈਰ ਵੀ ਭਾਰ ਘਟਦਾ ਹੈ ਜਿਹਦਾ ਅੰਦਾਜ਼ਾ ਚਿਹਰੇ ਦੇ ਪਤਲੇਪਣ ਤੇ ਕੱਪੜਿਆਂ ਦੇ ਢਿੱਲੇ ਹੋ ਜਾਣ ਤੋਂ ਲਗਾਇਆ ਜਾ ਸਕਦਾ ਹੈ ਚੌਥਾ ਹੈ ਨੀਂਦ ਵਿੱਚ ਵਿਗਨ ਪੈਣਾ ਜ਼ਿਆਦਾਤਰ ਬਿਸਤਰੀ ਤੇ ਪੈਂਦੇ ਤਾਂ ਅੱਖ ਲੱਗ ਜਾਂਦੀ ਹੈ ਪਰ ਅੱਧੀ ਰਾਤ ਹੀ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਕਾਫੀ ਮੁਸ਼ਕਲ ਨਾ ਲਾਉਂਦੀ ਹੈ ਜਾਂ ਫਿਰ ਸਵੇਰੇ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਨੀਂਦ ਆਉਂਦੀ ਨਹੀਂ ਕਿਉਂਕਿ ਸਵੇਰੇ ਸਵੇਰੇ ਉਦਾਸੀ ਜ਼ਿਆਦਾ ਹੁੰਦੀ ਹੈ ਇਸ ਲਈ ਮਰੀਜ਼ ਬਹੁਤ ਤੰਗ ਹੁੰਦਾ ਹੈ ਕੁਝ ਕੁ ਨੂੰ ਤਾਂ ਰਾਤ ਨੂੰ ਸ਼ੁਰੂ ਵਿੱਚ ਹੀ ਨੀਂਦ ਆਉਣੀ ਬੰਦ ਹੋ ਜਾਂਦੀ ਹੈ ਥੋੜੇ ਮਰੀਜ਼ ਨੀਂਦ ਵਦਨ ਦੀ ਵੀ ਸ਼ਿਕਾਇਤ ਕਰਦੇ ਹਨ ਜਾਂ ਤਾਂ ਰਾਤ ਨੂੰ ਵੱਧ ਘੰਟੇ ਸੌਂਦੇ ਆ ਤੇ ਜਾਂ ਫਿਰ ਦਿਨੇ ਜ਼ਿਆਦਾ ਸੌਣ ਲੱਗਦੇ ਕੰਮ ਕਰਦੇ ਕਰਦੇ ਨੀਂਦਰ ਦਾ ਇਨਾ ਜ਼ੋਰ ਪੈ ਜਾਂਦਾ ਕਿ ਕੰਮ ਵਿੱਚੋਂ ਛੱਡ ਕੇ ਸੌਣਾ ਪੈਂਦਾ ਇਸ ਕਰਕੇ ਕਾਫੀ ਤੰਗੀ ਮਹਿਸੂਸ ਹੁੰਦੀ ਹੈ ਕੁਝ ਤਾਂ ਇਸੇ ਤੰਗੀ ਕਾਰਨ ਹੀ ਇਲਾਜ ਕਰਵਾਉਣਾ ਆਉਂਦੇ ਹਨ ਪੰਜਵਾਂ ਮਾਨਸਿਕ ਤੇ ਸਰੀਰਕ ਬੇਚੈਨੀ ਇਹ ਲੱਛਣ ਵੀ ਆਮ ਹੈ ਮਰੀਜ਼ ਨੂੰ ਹਰ ਸਮੇਂ ਚਿੰਤਾ ਜੀ ਲੱਗੀ ਰਹਿੰਦੀ ਹੈ ਮਨ ਸਦਾ ਤਣਿਆ ਰਹਿੰਦਾ ਤੇ ਮਾਨਸਿਕ ਬੇਆਰਾਮੀ ਰਹਿੰਦੀ ਹੈ ਕਿਸੇ ਸਮੇਂ ਚੈਨ ਨਾ ਮਿਲਣ ਕਰਕੇ ਧਿਆਨ ਤੇ ਇਕਾਗਰਤਾ ਉਖੜੀ ਉਖੜੀ ਰਹਿਣ ਲੱਗਦੀ ਹੈ ਜਿਹਦੇ ਕਾਰਨ ਉਹ ਭੁਲੱਕੜ ਹੋ ਜਾਂਦਾ ਹੈ ਹਰ ਵੇਲੇ ਖਿੱਚੜੀ ਰਹਿੰਦੀ ਹੈ ਦਿਲ ਦੀ ਧੜਕਣ ਵੱਜ ਜਾਂਦੀ ਹੈ ਦਿਲ ਤੱਕ ਤੱਕ ਵੱਜਦਾ ਹੈ ਤੇ ਛਾਤੀ 'ਚ ਭੀੜ ਮਹਿਸੂਸ ਹੁੰਦੀ ਹੈ ਕਈ ਦਿਲ ਦੇ ਰੁੱਕ ਰੁੱਕ ਕੇ ਚੱਲਣ ਦੀ ਸ਼ਿਕਾਇਤ ਕਰਦੇ ਹਨ ਬਾਰ-ਬਾਰ ਮੂੰਹ ਸੁੱਕਦਾ ਹੈ ਬਦਹਜ਼ਮੀ ਰਹਿਣ ਲੱਗਦੀ ਹੈ ਡਕਾਰ ਆਉਂਦੇ ਹੈ ਪੇਟ 'ਚ ਖੋ ਪੈਂਦੀ ਰਹਿੰਦੀ ਹੈ ਕਈਆਂ ਦੇ ਢਿੱਡ 'ਚ ਸੂਲ ਵੀ ਉੱਠਦੇ ਆ ਤੇ ਮਰੋੜ ਲੱਗ ਜਾਂਦੇ ਆ ਮਰੀਜ਼ ਪਸੀਨੇ ਨਾਲ ਤਰ ਰਹਿੰਦਾ ਹੈ ਤੇ ਠੰਡੀਆਂ ਤਰੇਲੀਆਂ ਆਉਂਦੀਆਂ ਸਿਰ ਦਾ ਸਿਰ ਦਰਦ ਤੇ ਚੱਕਰ ਮਹਿਸੂਸ ਹੁੰਦੇ ਹਨ ਪੱਠਿਆਂ ਵਿੱਚ ਅੱਚ ਵੀ ਹੁੰਦੀ ਰਹਿੰਦੀ ਹੈ ਟਿਕ ਕੇ ਬੈਠਣਾ ਮੁਸ਼ਕਿਲ ਲੱਗਦਾ ਹੈ ਉਹ ਹੱਥ 'ਚ ਫੜੀਆਂ ਚੀਜ਼ਾਂ ਤੇ ਉਂਗਲਾਂ ਚਲਾਉਂਦਾ ਰਹਿੰਦਾ ਹੈ ਇਸ ਨਾਲ ਉਹਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਉਹ ਇਹਨਾਂ ਹਰਕਤਾਂ ਨੂੰ ਛੁਪਾਉਣ ਲਈ ਹਰ ਚੀਜ਼ ਨੂੰ ਘੁੱਟ ਕੇ ਫੜ ਛੜਦਾ ਹੈ ਪਰ ਹੱਥਾਂ ਦੀ ਹਰਕਤ ਰੋਕਣ ਤੇ ਉਹਦੇ ਪੈਰ ਤੇ ਲੱਤਾਂ ਹਿੱਲਣ ਲੱਗਦੇ ਆਂ ਕਈ ਵਾਰ ਬੇਚੈਨੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤੇ ਮਰੀਜ਼ ਕਦੀ ਉੱਠਦਾ ਹੈ ਕਦੀ ਬੈਠਦਾ ਹੈ ਕਮਰੇ ਦੇ ਚੱਕਰ ਘੱਟਦਾ ਹੈ ਹੱਥ ਪੈਰ ਝਟਕਦਾ ਹੈ ਕਈ ਮਰੀਜ਼ ਘਰੌਣ ਲੱਗਦੇ ਆਂ ਬਹਿਣ ਪਾਉਣ ਲੱਗਦੇ ਆਂ ਛਾਤੀਆਂ ਪਿੱਟਦੇ ਆਂ ਵਾਹਲ ਖੁੰਦੇ ਆਂ ਹੱਥਾਂ ਨੂੰ ਦੰਦੀਆਂ ਵੜਦੇ ਆਂ ਜਾਂ ਹੱਥ ਜ਼ੋਰ ਦੀ ਕੰਧਾਂ ਨੂੰ ਮਾਰਦੇ ਆਂ ਕੱਪੜੇ ਪਾੜ ਲੈਂਦੇ ਆਂ ਜੇਕਰ ਰੋਣਾ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਹੱਥੋਂ ਨਿਕਲ ਨਿਕਲ ਜਾਂਦੇ ਹਨ ਉਹਨਾਂ ਦੀ ਇਹ ਹਾਲਤ ਦਿਲ ਕੰਬਾ ਦਿੰਦੀ ਹੈ 6ਵਾਂ ਮਾਨਸਿਕ ਤੇ ਸਰੀਰਕ ਹਰਕਤ ਵਿੱਚ ਕਮੀ ਲਗਭਗਤ ਦੇ ਮਰੀਜ਼ਾਂ ਵਿੱਚ ਬੇਚੈਨੀ ਦੇ ਉਲਟ ਮਾਨਸਿਕ ਤੇ ਸਰੀਰਕ ਹਰਕਤ 'ਚ ਕਮੀ ਆ ਜਾਂਦੀ ਹੈ ਸੋਚਣ ਦੀ ਰਫਤਾਰ ਘਟ ਜਾਂਦੀ ਹੈ ਜਿਸ ਕਾਰਨ ਸੋਚਣ 'ਚ ਮੁਸ਼ਕਲ ਆਉਂਦੀ ਹੈ ਖਿਆਲਾਂ ਦਾ ਭਾਵ ਮਹਿਸੂਸ ਹੁੰਦਾ ਹੈ ਕਈਆਂ ਦੇ ਮਨ 'ਚ ਇੱਕੋ ਖਿਆਲ ਹੀ बार-बार ਘੁੰਮਦਾ ਰਹਿੰਦਾ ਹੈ ਜਿਉਂ-ਜਿਉਂ ਹਾਲਤ ਵਿਗੜਦੀ ਹੈ ਮਰੀਜ਼ ਸਵਾਲਾਂ ਦੇ ਜਵਾਬ ਦੇਣ ਚ ਕਾਫੀ ਸਮਾਂ ਲੈਣ ਲੱਗਦਾ ਹੈ ਸ਼ਬਦਾਂ ਦੇ ਉਚਾਰਨ ਦਾ ਵਿਚਲਾ ਸਮਾਂ ਵੱਧਦਾ ਤੇ ਸੁਰਤੀ ਮੀ ਹੁੰਦੀ ਚਲੀ ਜਾਂਦੀ ਹੈ ਆਵਾਜ਼ ਇਹ ਨਿਮੱਧਮ ਪੈ ਜਾਂਦੀ ਹੈ ਕਿ ਘੜਦੀ ਘੜਦੀ ਪਹਿਲਾਂ ਸਿਰਫ ਹਲਕੀ ਬੁੜਬੁੜਾਹਟ ਤੇ ਫਿਰ ਲੰਬੀ ਚੁੱਪ ਚ ਬਦਲ ਜਾਂਦੀ ਹੈ ਇਹਦੇ ਨਾਲ ਹੀ ਸਰੀਰਕ ਹਰਕਤ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਉਹ ਹੌਲੀ-ਹੌਲੀ ਚੱਲਦਾ ਤੇ ਇੰਜ ਲੱਗਦਾ ਜਿਵੇਂ ਆਪਣੇ ਆਪ ਨੂੰ ਧੂਰ ਰਿਹਾ ਹੋਵੇ ਚੁੱਕ ਕੇ ਇੰਜ ਬੈਠ ਜਾਂਦਾ ਜਿਵੇਂ ਮੋਢਿਆਂ ਤੇ ਮਨੂ ਮੂਹੀ ਭਾਰ ਲੱਦਿਆ ਹੋਵੇ ਉਹ ਕੋਈ ਵੀ ਸਰੀਰਕ ਹਰਕਤ ਸ਼ੁਰੂ ਕਰਨੀ ਉਸ ਲਈ ਬੜੀ ਕਠਿਨ ਤੇ ਫਿਰ ਹਰਕਤ ਜਾਰੀ ਰੱਖਣਾ ਪਹਾੜ ਤੇ ਚੜਨ ਬਰਾਬਰ ਹੋ ਜਾਂਦੀ ਹੈ ਉਹ ਸਿਰ ਛੁੱਟੀ ਜ਼ਮੀਨ ਵੱਲ ਟਿਕ ਟਿਕੇ ਲਾ ਕੇ ਬੈਹ ਜਾਂਦਾ ਆਲੇ ਦੁਆਲੇ ਦੀ ਕੋਈ ਵੀ ਚੀਜ਼ ਉਹਨੂੰ ਆਕਰਸ਼ਿਤ ਨਹੀਂ ਕਰਦੀ ਸਤਵਾਂ ਖਾਸ ਸਰੀਰਕ ਲੱਛਣ ਉਦਾਸੀ ਵਿਕਾਰ ਚ ਕੁਝ ਖਾਸ ਕਿਸਮ ਦੇ ਸਰੀਰਕ ਲੱਛਣ ਵੀ ਵੇਖੇ ਜਾਂਦੇ ਆ ਕਈ ਵਾਰੀ ਇਹ ਤਾਂ ਇੰਨੇ ਪ੍ਰਭਲ ਹੁੰਦੇ ਆ ਕਿ ਦੂਸਰੇ ਲੱਛਣਾਂ ਤੇ ਹਾਵੀ ਹੋ ਕੇ ਛਾਈ ਹੋਏ ਪਾਸਦੇ ਅੱਜ ਵੀ ਪਹਿਲਾ ਹੈ ਨਾਤਕਤੀ ਮਨੁੱਖ ਦੀ ਸੱਤਾ ਮੁੱਕ ਜਾਂਦੀ ਹੈ ਥੋੜਾ ਜਿਹਾ ਕੰਮ ਕਰਕੇ ਥਕਾਵਟ ਹੋ ਜਾਂਦੀ ਹੈ ਬਾਅਦ ਵਿੱਚ ਹਰ ਪਲ ਥਕਾਵਟ ਦਾ ਅਹਿਸਾਸ ਰਹਿਣ ਲੱਗਦਾ ਹੈ ਅੰਤ ਵਿੱਚ ਹਰਕਤ ਨਾਂ ਦੇ ਬਰਾਬਰ ਰਹਿ ਜਾਂਦੀ ਹੈ ਜਿਵੇਂ ਸਰੀਰ ਰੂਪੀ ਗੱਡੀ ਦੀ ਬੈਟਰੀ ਡਾਊਨ ਹੋ ਗਈ ਹੋਵੇ ਦੂਸਰਾ ਪੇੜਾ ਕੁਝ ਮਰੀਜ਼ ਅਸਪਸ਼ਟ ਤੇ ਅਸਥਾਈ ਦਰਦਾਂ ਜੋ ਇੱਕ ਅੰਗ ਤੋਂ ਦੂਜਾ ਅੰਗ ਬਦਲਦਿਆਂ ਰਹਿੰਦੀਆਂ ਹਾਂ ਦੀ ਸ਼ਿਕਾਇਤ ਕਰਦੇ ਹਨ ਤੀਸਰਾ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਭਾਰ ਵੱਧ ਜਾਂ ਘੱਟ ਸਕਦਾ ਹੈ ਕਈ ਮਰੀਜ਼ਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਉਹਨਾਂ ਨੂੰ ਕੋਈ ਭਿਆਨਕ ਰੋਗ ਲੱਗ ਗਿਆ ਹੈ ਇਸ ਵਹਿਮ ਦੇ ਗਲਤ ਹੋਣ ਬਾਰੇ ਸਮਝਾਉਣ ਤੇ ਥੋੜੀ ਦੇਰ ਲਈ ਤਾਂ ਉਹ ਸਮਝ ਜਾਂਦਾ ਪਰ ਵਹਿਮ ਫੇਰ ਆਖੇੜਦਾ ਹੈ ਅੱਠਵਾਂ ਹੈ ਉਦਾਸੀ ਵਿਕਾਰ ਤੇ ਖੁਦਕੁਸ਼ੀ ਉਦਾਸੀ ਵਿਕਾਰ ਦੇ ਸ਼ੁਰੂ ਚ ਮਰੀਜ਼ ਨੂੰ ਜ਼ਿੰਦਗੀ ਭਾਰ ਮਹਿਸੂਸ ਹੁੰਦੀ ਹੈ ਫਿਰ ਉਹ ਇਹਨੂੰ ਫਜ਼ੂਲ ਸਮਝਣਾ ਸ਼ੁਰੂ ਕਰ ਦਿੰਦਾ ਹੈ ਕਿਸੇ ਦਿਨ ਉਹਦੇ ਅੰਦਰ ਇੱਛਾ ਉਤਪਨ ਹੋਣ ਲੱਗਦੀ ਹੈ ਕਿ ਕਿੰਨਾ ਚੰਗਾ ਹੋਵੇ ਜੇ ਉਹ ਸੁੱਤਾ ਹੀ ਸੌਂ ਜਾਵੇ ਜਾਂ ਫਿਰ ਕਿਸੇ ਹਾਦਸੇ ਟਿਕ ਦਾ ਮੁੱਕ ਜਾਏ ਉਦਾਸੀ ਹੋਰ ਗੰਭੀਰ ਹੋਣ ਤੇ ਆਤਮ ਹੱਤਿਆ ਦੀਆਂ ਵਿਉਂਤਾਂ ਬਣਾਉਣ ਲੱਗਦਾ ਹੈ ਤੇ ਇੱਕ ਦਿਨ ਐਸਾ ਵੀ ਆ ਸਕਦਾ ਹੈ ਕਿ ਕੋਸ਼ਿਸ਼ ਵੀ ਕਰ ਲਵੇ ਵੇਖਿਆ ਗਿਆ ਹੈ ਕਿ 6 ਵਿੱਚੋਂ 1 ਮਰੀਜ਼ ਆਖਰਕਾਰ ਖੁਦਕੁਸ਼ੀ ਕਰੀ ਲੈਂਦਾ ਹੈ ਖੁਦਕੁਸ਼ੀ ਦੀ ਸੰਭਾਵਨਾ ਵਧਾਉਣ ਵਾਲੇ ਪੱਖ ਪਹਿਲਾ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਜਾਂ ਨਵ ਯੋਗਾਂ ਵਿੱਚ ਸੰਭਾਵਨਾਵਾਂ ਵੱਧ ਹੁੰਦੀ ਹੈ ਦੂਸਰਾ ਤੀਵੀਆਂ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਦਰ ਵੱਧ ਹੁੰਦੀ ਹੈ ਜਦ ਕਿ ਪੁਰਸ਼ਾਂ ਵਿੱਚ ਆਤਮ ਹੱਤਿਆ ਕਰਨ ਦੀ ਦਰ ਤੀਸਰਾ ਜਵਾਨ ਇਸਤਰੀਆਂ ਨਾਲੋਂ ਵੱਡੀ ਉਮਰ ਦੀਆਂ ਔਰਤਾਂ 'ਚ ਸੰਭਾਵਨਾ ਵੱਧ ਹੁੰਦੀ ਹੈ ਚੌਥਾ ਨਾ ਉਮੀਦ ਤੇ ਨਿਰਾਸ਼ਾ ਦੇ ਨਾਲ-ਨਾਲ ਜੇਕਰ ਆਨੰਦ ਮਾਨਣ ਦੀ ਸਮਰੱਥਾ ਮੁੱਕ ਚੁੱਕੀ ਹੋਵੇ ਤਾਂ ਉਹ ਵਿਅਕਤੀ ਵਧ ਕੋਸ਼ਿਸ਼ ਕਰਦੇ ਹਨ ਪੰਜਵਾਂ ਜੇਕਰ ਜੀਵਨ ਸਾਥੀ ਜਾਂ ਕਿਸੇ ਪਿਆਰੇ ਦੀ ਹੁਣੇ-ਹੁਣੇ ਮੌਤ ਹੋਈ ਹੋਵੇ ਤੇ ਉਹਦੇ ਚ ਲੀਨ ਹੋਣ ਦੀ ਕਲਪਨਾ ਨੇ ਘੇਰਿਆ ਹੋਵੇ ਛੇਵਾਂ ਵਿਗੜੀ ਹੋਈ ਮਨੋ ਸਮਾਜਿਕ ਹਾਲਤ ਜਿਵੇਂ ਪਹਿਲਾ ਝਗੜਿਆਂ ਵਾਲੇ ਪਰਿਵਾਰ 'ਚ ਰਹਿਣਾ ਦੂਸਰਾ ਸਮਾਜ ਨਾਲੋਂ ਟੁੱਟੇ ਹੋਣਾ ਤੀਸਰਾ ਕਿਸੇ ਸਮਾਜਿਕ ਆਸਰੇ ਤੋਂ ਵਾਂਝੇ ਹੋਣ ਦੀ ਹਾਲਤ ਵਿੱਚ ਸੰਭਾਵਨਾ ਕਾਫੀ ਹੁੰਦੀ ਹੈ ਚੌਥਾ ਉਦਾਸੀ ਵਿਕਾਰ ਦੇ ਨਾਲ ਨਾਲ ਕੋਈ ਹੋਰ ਭਿਆਨਕ ਰੋਗ ਵੀ ਹੋਵੇ ਪੰਜਵਾਂ ਜੇਕਰ ਮਰੀਜ਼ ਆਪਣੇ ਆਪ ਨੂੰ ਦੋਸ਼ੀ ਜਾਂ ਪਾਪੀ ਸਮਝਦਾ ਹੋਵੇ ਅਗਲਾ ਤਲਾਕशुदा ਵਿਧਵਾ ਯਰੰਡਾ ਜਾਂ ਅਨਵਿਆਹਾ ਵਿੱਚ ਆਤਮ ਹੱਤਿਆ ਦੀ ਦਰ ਵੱਧ ਹੁੰਦੀ ਹੈ अगला परिवार ਵਿੱਚ ਜੇਕਰ ਪਹਿਲਾਂ ਕਿਸੇ ਨੇ ਕਦਮ ਚੁੱਕਿਆ ਹੋਵੇ ਜਾਂ ਮਰੀਜ਼ ਨੇ ਆਪ ਪਹਿਲਾਂ ਹੀ ਕੋਈ ਕੋਸ਼ਿਸ਼ ਕੀਤੀ ਹੋਵੇ ਤਾਂ 50% ਰੋਗੀ ਦੁਬਾਰਾ ਜ਼ਰੂਰ ਕੋਸ਼ਿਸ਼ ਕਰਦੇ ਅਤੇ 10% ਕਾਮਯਾਬ ਹੋ ਜਾਂਦੇ ਹਨ। ਧੰਨ